ਜ਼ਿੰਦਰਾ ਮਿਲਿਆ ਤੇ ਫੇਸਬੁੱਕ ਪੇਜ ਤੇ ਸਾਡੇ ਨਾਲ ਜੁੜੇ ਨੇ ਸਾਥੀ ਗਗਨਦੀਪ ਜੀ, ਜਿਹੜੇ ਪੰਜਾਬ ਸਟੂਡੈਂਟਸ ਫੈਡਰੇਸ਼ਨ PSF ਦੇ ਸੂਬਾ ਕਮੇਟੀ ਮੈਂਬਰ ਨੇ। ਜੀ ਆਇਆਂ ਨੂੰ ਜੀ ਧੰਨਵਾਦ ਸਰ ਜੀ। ਮੈਂ ਧੰਨਵਾਦ ਕਰਦਾ ਸੰਗਰਾਮੀ ਲਹਿਰ ਪੇਜ ਦਾ, ਜਿਸ ਤੇ ਅੱਜ ਲਾਈਵ ਹੋਣ ਦਾ ਮੌਕਾ ਮਿਲਿਆ। ਸਾਥੀ ਜੀ, ਦੱਸਿਓ ਵੀ ਆਨਲਾਈਨ ਸਿੱਖਿਆ ਦੀ ਅੱਜ ਦੇ ਸਮੇਂ ਦੇ ਵਿੱਚ ਕੀ ਸਾਰਥਕਤਾ ਹੈ? ਇਸ ਸਾਰਥਕਤਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਫਿਰ ਆਪਾਂ ਦੂਜੇ ਸਵਾਲ ਦੇ ਵਿੱਚ ਕੀ ਮੁਸ਼ਕਲਾਂ ਨੇ ਉਹਦੇ ਤੇ ਗੱਲ ਕਰਾਂਗੇ। ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਵੀ ਅੱਜ ਦੇ ਅਜੋਕੇ ਦੌਰ ਦੇ ਵਿੱਚ ਸਾਰਥਕਤਾ ਬਾਰੇ ਥੋੜ੍ਹਾ ਜਿਹਾ ਮਹੱਤਵ ਥੋੜ੍ਹਾ ਜਿਹਾ ਸਾਨੂੰ ਦੱਸੋ। ਸਾਥੀ, ਸਾਰਥਿਕਤਾ ਤਾਂ ਇਹ ਆ ਵੀ ਜਦੋਂ ਕਰੋਨਾ ਦਾ ਜਿਹੜੀ ਮਹਾਮਾਰੀ ਆ ਉਹ ਆਈ ਆ, ਇਹਦੇ ਬਾਰੇ ਲੋਕਾਂ 'ਚ ਕਈ ਸ਼ੰਕੇ ਵੀ ਨੇ ਵੀ ਹੈ ਵੀ ਨਹੀਂ ਵੀ ਹੈ, ਕੀ ਹੈ ਹਜੇ ਪਤਾ ਨਹੀਂ ਲੋਕਾਂ ਨੂੰ। ਪਰ ਫਿਰ ਵੀ ਜਦੋਂ ਲੋਕਡਾਊਨ ਕੀਤਾ ਗਿਆ ਇੰਡੀਆ 'ਚ, ਖਾਸ ਕਰਕੇ ਜਦੋਂ ਲੋਕਡਾਊਨ ਕੀਤਾ ਗਿਆ ਤੇ ਸਮੱਸਿਆ ਪੈਦਾ ਹੋਈ ਕਿ ਜੋ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਤੇ ਹੁਣ ਪੜ੍ਹਾਈ ਕਿਵੇਂ ਹੋਣੀ ਹੈ। ਤਾਂ ਉੱਥੇ ਇੱਕ ਜਿਹੜੀ ਟੈਕਨੋਲੋਜੀ ਹੈ, ਇੱਕ ਸਾਇੰਸ ਹੈ, ਉਹਦਾ ਇੱਕ ਵਧੀਆ ਜਿਹੜਾ ਮੁੱਖ ਪੇਸ਼ ਹੁੰਦਾ ਹੈ ਕਿ ਅਸੀਂ ਆਨਲਾਈਨ ਸਿੱਖਿਆ ਵੀ ਦੇ ਸਕਦੇ ਹਾਂ ਬੱਚਿਆਂ ਨੂੰ। ਉਸਦੇ ਚੱਲਦੇ ਹੋਏ ਸਾਰੇ ਸਕੂਲਾਂ ਕਾਲਜਾਂ ਨੇ ਕੀ ਕੀਤਾ ਕਿ ਵਟਸਐਪ ਗਰੁੱਪ ਬਣਾ ਲਏ ਗਏ ਨੇ। ਉਹਨਾਂ ਵਿੱਚ ਬੱਚਿਆਂ ਦਾ ਨਿੱਤ ਦਾ ਹੋਮਵਰਕ ਪਾਇਆ ਜਾਂਦਾ, ਕਾਲਜ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਲਈ ਲੈਕਚਰ ਪਾਏ ਜਾਂਦੇ ਨੇ, ਯੂਟਿਊਬ ਦੇ ਲੈਕਚਰ ਨੇ, ਨੋਟਸ ਦਿੱਤੇ ਜਾਂਦੇ ਨੇ ਬੱਚਿਆਂ ਨੂੰ ਤਾਂ ਜੋ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ। ਇੱਥੇ ਇੱਕ ਵਧੀਆ ਵੀ ਪੇਸ਼ ਹੁੰਦਾ ਕਿ ਬੱਚੇ ਕਿਸੇ ਵੀ ਮਤਲਬ ਇਹ ਜੇ ਆਪਣੇ ਤੋਂ ਕੋਈ ਆਪਦਾ ਆਉਂਦੀ ਹੈ ਤਾਂ ਟੈਕਨੋਲੋਜੀ ਆਪਣਾ ਸਾਥ ਦੇ ਰਹੀ ਹੈ, ਸਾਇੰਸ ਆਪਣਾ ਸਾਥ ਦੇ ਰਹੀ ਹੈ। ਆਪਾਂ ਉਸ ਮਹਾਮਾਰੀ ਦੇ ਚੱਲਦੇ ਹੋਏ ਵੀ ਐਡਾ ਵੱਡਾ ਲੋਕਡਾਊਨ ਹੋਣ ਦੇ ਬਾਵਜੂਦ ਵੀ ਆਪਾਂ ਘਰੇ ਬੈਠੇ ਜਿਹੜੀ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ। ਤੇ ਦੂਜੀ ਗੱਲ ਜਿਹੜੀਆਂ ਮੁਸ਼ਕਲਾਂ ਨੇ, ਮੁਸ਼ਕਲਾਂ ਇਹ ਆ ਰਹੀਆਂ ਕਿ ਸਿੱਖਿਆ ਆਨਲਾਈਨ ਸਿੱਖਿਆ ਆਨਲਾਈਨ ਸਿੱਖਿਆ ਹੀ ਹੈ। ਜਿਸ ਤਰ੍ਹਾਂ ਕਿ ਅਸੀਂ ਲਾਈਵ ਜਦੋਂ ਪੜ੍ਹਦੇ ਹਾਂ ਆਪਣੇ ਅਧਿਆਪਕਾਂ ਨਾਲ, ਉੱਥੇ ਆਪਣੇ ਇੰਟਰੈਕਸ਼ਨ ਹੁੰਦੀ ਆ, ਬੱਚੇ ਕਾਲਜ ਜਾਂਦੇ ਆ, ਉੱਥੇ ਕਿਸੇ ਗੱਲ ਤੇ ਵਿਚਾਰ ਚਰਚਾ ਹੁੰਦੀਆਂ, ਗੱਲਾਂ ਹੁੰਦੀਆਂ ਨੇ, ਗੱਲਾਂ 'ਚੋਂ ਗੱਲ ਨਿਕਲਦੀ ਆ। ਲੇਕਿਨ ਆਨਲਾਈਨ ਸਿੱਖਿਆ ਤੇ ਨਹੀਂ ਹੋ ਰਿਹਾ। ਬੱਚਾ ਇਕੱਲਾ ਕਰੇ, ਉਹਦੇ ਕੋਲ ਨੋਟਸ ਆਉਣੇ, ਪੜ੍ਹਨੇ ਆ ਬਸ, ਵੀ ਥੋੜ੍ਹਾ ਮੋਟਾ ਪੜ੍ਹਨਾ ਤੇ ਉਹਨੇ ਛੱਡ ਦੇਣਾ। ਲੇਕਿਨ ਕਾਲਜ ਆਉਣ ਦਾ, ਯੂਨੀਵਰਸਿਟੀ ਆਉਣ ਦਾ, ਸਕੂਲ ਆਉਣ ਦਾ ਇੱਕ ਫਾਇਦਾ ਹੁੰਦਾ ਕਿ ਅਸੀਂ ਆਪਣੇ ਅਧਿਆਪਕਾਂ ਤੋਂ ਬਹੁਤ ਕੁਛ ਸਿੱਖਦੇ ਹਾਂ, ਉਹ ਸਾਨੂੰ ਬਹੁਤ ਕੁਛ ਸਿਖਾਉਂਦੇ ਆ, ਅਸੀਂ ਆਪਣੇ ਸਾਥੀਆਂ ਤੋਂ ਬਹੁਤ ਕੁਛ ਸਿੱਖਦੇ ਹਾਂ। ਆਨਲਾਈਨ ਸਿੱਖਿਆ ਨੇ ਇਹ ਚੀਜ਼ ਖਤਮ ਕਰ ਦਿੱਤੀ ਹੈ ਕਿ ਸਾਡਾ ਦਿਮਾਗ ਆ ਜਿਹੜਾ ਉਹ ਡੱਲ ਪੈਣਾ ਸ਼ੁਰੂ ਹੋ ਗਿਆ। ਸਿਰਫ ਅਸੀਂ ਸਿਲੇਬਸ ਦੇ ਹੀ ਆਲੇ ਦੁਆਲੇ ਘੁੰਮ ਰਹੇ ਹਾਂ, ਸਾਨੂੰ ਦੂਜੀ ਜਿਹੜੀ ਕੋਈ ਸਿੱਖਿਆ, ਬਾਹਰੀ ਸਿੱਖਿਆ ਜਾਂ ਜੋ ਗੱਲਾਂ ਸਾਨੂੰ ਸਾਡੇ ਅਧਿਆਪਕ ਨੇ ਸਿਖਾਉਣੀਆਂ ਸੀ ਉਹ ਅਸੀਂ ਸਿੱਖ ਨਹੀਂ ਰਹੇ ਕਿਉਂਕਿ ਇੰਟਰੈਕਸ਼ਨ ਨਹੀਂ ਹੋ ਰਹੀ ਬੱਚਿਆਂ ਤੇ ਅਧਿਆਪਕਾਂ ਦੇ ਵਿੱਚ। ਦੂਜੀ ਮੁਸ਼ਕਲ ਇਹ ਆ ਵੀ ਅਸੀਂ ਆਨਲਾਈਨ ਸਿੱਖਿਆ ਤਾਂ ਚਲੋ ਕਰ ਦਿੱਤੀ ਹੈ, ਪਰ ਫੋਨ ਕਿਹਦੇ, ਕਿੰਨੇ ਕੁ ਕੋਲ ਨੇ? ਹੁਣ ਸਾਡੇ ਕਾਲਜ ਦੀ ਗੱਲ ਆ, ਉੱਥੇ ਸਾਡੀ ਕਲਾਸ ਵਿੱਚ 400 ਦੇ ਲਗਭਗ ਬੱਚਾ, ਪਰ ਸਿਰਫ 200-250 ਬੱਚਾ ਹੀ ਜੁੜ ਪਾਇਆ ਜੀ। ਜੋ 100-150 ਬੱਚਾ ਉਹ ਨਹੀਂ ਜੁੜ ਪਾਇਆ ਕਿਉਂਕਿ ਉਹਨਾਂ ਕੋਲ ਫੋਨ ਨਹੀਂ, ਉਪਲਬਧ ਨਹੀਂ ਹਨ ਫੋਨ, ਜਿਹੜੇ ਆਪਾਂ ਐਂਡਰੋਇਡ ਫੋਨ ਕਹਿ ਦਿੰਦੇ ਹਾਂ, ਉਹਨਾਂ ਕੋਲ ਉਪਲਬਧ ਨਹੀਂ ਹੈਗੇ। ਜਿਹੜੇ ਬੱਚੇ ਨੇ ਸਕੂਲਾਂ ਦੇ ਬੱਚੇ ਨੇ, ਜਿਵੇਂ ਸਰਕਾਰੀ ਸਕੂਲਾਂ ਦੇ ਬੱਚੇ ਨੇ, ਬਕਾਇਦਾ ਉਹਨਾਂ ਨੂੰ ਭਾਵੇਂ TV ਰਾਹੀਂ ਜਾਂ ਪੜ੍ਹਾਇਆ ਜਾ ਰਿਹਾ, ਪਰ ਕਈਆਂ ਦੇ ਘਰੇ TV ਵੀ ਨਹੀਂ ਹੈ, TV ਵੀ ਨਹੀਂ ਹੈ ਤੇ ਮੋਬਾਈਲ ਵੀ ਨਹੀਂ ਹੈ, ਤਾਂ ਉਹ ਬੱਚੇ ਸਿੱਖਿਆ ਕਿੱਥੋਂ ਪ੍ਰਾਪਤ ਕਰਨਗੇ? ਅਸੀਂ ਉਹਨਾਂ ਦਾ ਕੀ ਹੱਲ ਕਰ ਰਹੇ ਹਾਂ? ਸਾਡੇ ਮੂਹਰੇ ਇਹ ਸਵਾਲ ਜਿਹੜਾ ਇਹ ਪੈਦਾ ਹੋ ਗਿਆ, ਇਹ ਖੜਾ ਹੋ ਗਿਆ ਕਿ ਜਿਨ੍ਹਾਂ ਕੋਲ ਮੋਬਾਈਲ ਨਹੀਂ ਤਾਂ ਉਹ ਮਤਲਬ ਕਿਸ ਤਰ੍ਹਾਂ ਆਪਦੀ ਸਿੱਖਿਆ ਪ੍ਰਾਪਤ ਕਰਨਗੇ? ਆਪਾਂ ਜਦੋਂ ਦੇਖਦੇ ਹਾਂ ਵੀ ਕੁਛ ਵੀਡੀਓ ਕਲਿੱਪਸ ਜਿਹੜੇ ਆ ਪਿੱਛੇ ਜੇ ਸੋਸ਼ਲ ਮੀਡੀਆ ਦੇ ਉੱਤੇ ਟਰੈਵਲ ਕਰਦੇ ਦੇਖੇ ਗਏ ਆ, ਜਿਹਦੇ ਵਿੱਚ ਉਹ ਬੱਚਿਆਂ ਨੂੰ ਬੁਲਾ ਕੇ ਬਕਾਇਦਾ ਉਹਨਾਂ ਨੂੰ ਮਤਲਬ ਮੂੰਹ ਦੇ ਉੱਤੇ ਜਿਹੜਾ ਮਾਸਕ ਵਗੈਰਾ ਲਾਇਆ ਡਸਟਬਿਨ 'ਚ ਸੁਟਵਾਉਂਦੇ ਆ ਟੀਚਰ, ਫਿਰ ਪੈਰ ਜਿਹੜੇ ਆ ਉਹਨਾਂ ਦੇ ਉੱਤੇ ਸਪਰੇ ਮਾਰਦੇ ਆ, ਫਿਰ ਉਹਨਾਂ ਨੂੰ ਹੱਥਾਂ ਨੂੰ ਕਰਦੇ ਆ, ਉਹ ਦੇਖੀ ਹੋਣੀ ਆ ਤੁਸੀਂ ਸਾਰਿਆਂ ਨੇ। ਅਸੀਂ ਉਸ ਆਉਣ ਦੇ ਮੈਨੂੰ ਨਹੀਂ ਲੱਗਦਾ ਵੀ ਹਾਲ ਛੇਤੀ ਮਤਲਬ ਹੋ ਜਾਵਾਂਗੇ। ਇਹੋ ਜਿਹੇ ਦੌਰ ਦੇ ਵਿੱਚ ਸਾਡੀ ਸਿੱਖਿਆ ਤੇ ਪ੍ਰਸ਼ਨ ਚਿੰਨ ਜਿਹੜਾ ਲੱਗ ਹੀ ਰਿਹਾ। ਦੂਜੀ ਜਿਹੜੀ ਤੁਸੀਂ ਚਰਚਾ ਕੀਤੀ ਹੈ ਵੀ ਸੋਸਾਇਟੀ ਦੇ ਵਿੱਚ ਜਦੋਂ ਮਤਲਬ ਜਾਂਦਾ ਵਾ ਬੱਚਾ ਕੋਈ ਵੀ, ਤੇ ਉਹ ਇਕੱਲਾ ਟੀਚਰਾਂ ਤੋਂ ਨਹੀਂ ਸਿੱਖਦਾ, ਉਹ ਆਲੇ ਦੁਆਲੇ ਤੋਂ ਵੀ ਸਿੱਖਦਾ ਆ, ਉਹ ਤੋਂ ਵੀ ਮਹਿਰੂਮ ਹੋ ਗਿਆ। ਤੁਸੀਂ ਕੀ ਮਹਿਸੂਸ ਕਰਦੇ ਹੋ, ਸਰਕਾਰ ਨੂੰ ਇਹਦੇ ਤੇ ਕੀ ਐਕਸ਼ਨ ਲੈਣੇ ਚਾਹੀਦੇ, ਕੀ ਕਰਨਾ ਕੀ ਚਾਹੀਦਾ ਇਸ ਦੌਰ ਦੇ ਵਿੱਚ? ਹਾਲੇ ਨੇੜ ਭਵਿੱਖ ਦੇ ਵਿੱਚ ਕਿਤੇ ਨਹੀਂ ਲੱਗ ਰਿਹਾ ਵੀ 1-2 ਮਹੀਨੇ ਨੂੰ ਕਿਤੇ ਸਕੂਲ ਸਾਡੇ ਕੋਈ ਉਸ ਢੰਗ ਨਾਲ ਖੁੱਲ ਜਾਣਗੇ ਜਿਸ ਢੰਗ ਨਾਲ ਅਸੀਂ ਸੋਚਦੇ ਹਾਂ। ਕੀ ਕਰਨਾ ਕੀ ਚਾਹੀਦਾ ਸਰਕਾਰ ਨੂੰ? ਸਰਕਾਰ ਨੂੰ ਇਹ ਸਿੱਖਿਆ ਦੇ ਮੁੱਦੇ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ
ਵੀ ਜੋ ਸਾਡੇ ਵਿਦਿਆਰਥੀ ਆ ਉਹਨਾਂ ਸਕੂਲ ਕਾਲਜ ਨਹੀਂ ਲੱਗ ਰਹੇ, ਸਿੱਖਿਆ ਕਿਵੇਂ ਵੀ ਕਰਕੇ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਵੇ। ਜਿਹੜੇ ਯੂਨੀਵਰਸਿਟੀ ਕਾਲਜਸ ਦੇ ਬੱਚੇ ਨੇ ਉਹਨਾਂ ਦੇ ਪੇਪਰ ਨੇ ਜਿਹੜੇ ਉਹ UGC ਨੇ ਕਿਹਾ ਵੀ ਉਹ ਮਤਲਬ ਆਪਣਾ ਪ੍ਰਮੋਟ ਕਰ ਦਿੱਤਾ ਗਿਆ, ਪਰ ਜਿਹੜੇ ਫਾਈਨਲ ਈਅਰ ਦੇ ਬੱਚੇ ਆ ਉਹਨਾਂ ਦੇ ਪੇਪਰ ਪ੍ਰਮੋਟ ਨਹੀਂ ਕੀਤੇ ਗਏ, ਉਹਨਾਂ ਦੇ ਪੇਪਰ ਲਏ ਜਾਣੇ ਆ, ਉਹ ਜੂਨ ਜੁਲਾਈ ਤੱਕ ਲੈ ਜਾਣੇ ਆ। ਪਰ ਗੱਲ ਇਹ ਹੈ ਕਿ ਅਸੀਂ ਇਹ ਮੰਗ ਕਰਦੇ ਹਾਂ ਵੀ ਉਹਨਾਂ ਬੱਚਿਆਂ ਦੀਆਂ ਮਹੀਨਾ ਕਲਾਸਿਸ ਲਾਈਆਂ ਜਾਣ ਤਾਂ ਜੋ ਉਹ ਆਪਣੇ ਪੇਪਰਾਂ ਲਈ ਚੰਗੀ ਤਰ੍ਹਾਂ ਪ੍ਰਪੇਅਰ ਹੋਣ। ਜੀ, ਠੀਕ ਹੈ, ਆਪਣੀ ਸਰਕਾਰ ਨੂੰ ਇਸ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ, ਕਿਉਂਕਿ ਜੇ ਸਕੂਲ ਕਾਲਜ ਨਾ ਲੱਗੇ ਤਾਂ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ। ਅੱਗੇ ਬੱਚਿਆਂ ਨੇ ਹੋਰ ਯੂਨੀਵਰਸਿਟੀਆਂ ਜਾਣਾ, ਹੋਰ ਕਾਲਜਾਂ ਜਾਣਾ, ਜਿੱਥੇ ਜਾ ਕੇ ਕਿ ਉਹਨਾਂ ਨੂੰ ਬਹੁਤ ਹੀ ਵੱਡੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ। ਲੇਕਿਨ ਸਾਡੀ ਸਰਕਾਰ ਜਿਹੜੀ ਹੈ ਉਹ ਇਸ ਗੱਲ ਵੱਲ ਬਹੁਤ ਘੱਟ ਧਿਆਨ ਦੇ ਰਹੀ ਹੈ, ਸਿੱਖਿਆ ਦੇ ਮੁੱਦੇ ਤੇ ਬਹੁਤ ਘੱਟ ਧਿਆਨ ਦੇ ਰਹੀ ਆ। ਉਹਨਾਂ ਨੇ ਤਾਂ ਬਸ ਇਹ ਨਵੇਂ ਨਵੇਂ ਸ਼ਬਦ ਜਿਹੜੇ ਆ ਉਹ ਰਿਡਿਊਸ ਕੀਤੇ ਜਾ ਰਹੇ, ਆਤਮ ਨਿਰਭਰ, ਲੋਕਡਾਊਨ, ਅਨਲੋਕ ਵਗੈਰਾ, ਲੇਕਿਨ ਸਿੱਖਿਆ ਦੇ ਮੁੱਦੇ ਤੇ ਕੋਈ ਧਿਆਨ ਨਹੀਂ ਦੇ ਰਿਹਾ। ਕੋਈ ਸਰਕਾਰ ਵੱਲੋਂ ਕੋਈ ਅਫੀਸ਼ਲੀ ਬਿਆਨ ਨਹੀਂ ਆ ਰਿਹਾ ਕਿ ਅਸੀਂ ਇਸ ਬੱਚਿਆਂ ਲਈ ਇਹ ਕਰ ਰਹੇ ਹਾਂ ਜਾਂ ਯੂਨੀਵਰਸਿਟੀਜ਼ ਇਹ ਬੱਚਿਆਂ ਲਈ ਇਹ ਕਰ ਰਹੀਆਂ ਨੇ। ਮਤਲਬ ਇੱਕ ਉਹਨਾਂ ਨੂੰ ਬਸ ਇੰਨੀ ਕੀ ਹੈ ਕਿ ਉਹ ਪੈਸੇ ਬਣਾਉਣ ਦਾ ਜ਼ਰੀਆ ਜਿਹੜਾ ਉਹ ਬੱਚਿਆਂ ਨੂੰ ਬਣਾ ਲਿਆ ਗਿਆ। ਸਮੈਸਟਰ ਪ੍ਰੀਖਿਆਵਾਂ ਦੀਆਂ ਫੀਸਾਂ ਲਈਆਂ ਜਾ ਚੁੱਕੀਆਂ ਨੇ, ਲੇਕਿਨ ਸਮੈਸਟਰ ਪ੍ਰੀਖਿਆਵਾਂ ਨਹੀਂ ਹੋ ਰਹੀਆਂ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਸਮੈਸਟਰ ਜਿਹੜੀਆਂ ਪ੍ਰੀਖਿਆਵਾਂ ਦੀਆਂ ਫੀਸਾਂ ਉਹ ਮੋੜੀਆਂ ਜਾਣ ਬੱਚਿਆਂ ਨੂੰ। ਬਾਕੀ ਜਿਹੜੀ ਹਾਂਜੀ ਹਾਂਜੀ ਕਰੋ 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 ਹਾਂਜੀ ਉਹ ਹੈ ਵੀ ਸਮੈਸਟਰ ਪ੍ਰੀਖਿਆਵਾਂ ਦੀਆਂ ਜਿਹੜੀਆਂ ਉਹ ਫੀਸਾਂ ਮੋੜੀਆਂ ਜਾਣ, ਬਾਕੀ ਜਿਹੜੀਆਂ ਸਮੈਸਟਰਾਂ ਦੀਆਂ ਫੀਸਾਂ ਲੈਤੀਆਂ ਜਾ ਰਹੀਆਂ ਨੇ ਬੱਚਿਆਂ ਤੋਂ। ਨੋਟਿਸ ਕੱਢਿਆ ਗਿਆ ਪੰਜਾਬੀ ਯੂਨੀਵਰਸਿਟੀ ਵੱਲੋਂ, ਇੰਜੀਨੀਅਰਿੰਗ ਕਾਲਜ ਨੇ ਜਾਂ ਕੰਪਿਊਟਰ ਇੰਜੀਨੀਅਰਿੰਗ ਦੀਆਂ ਕਲਾਸਾਂ ਨੇ ਉਹਨਾਂ ਤੋਂ ਫੀਸਾਂ ਲਈਆਂ ਜਾ ਰਹੀਆਂ ਬਗੈਰ ਪੜ੍ਹਾਏ, ਤਾਂ ਇਹ ਵੀ ਫੈਸਲਾ ਜਿਹੜਾ ਯੂਨੀਵਰਸਿਟੀ ਦਾ ਰੱਦ ਹੋਣਾ ਚਾਹੀਦਾ। ਬਾਕੀ ਇਹ ਹੈ ਕਿ ਇਹ ਮਹਾਮਾਰੀ ਆ, ਅਸੀਂ ਪਹਿਲਾਂ ਕੋਈ ਤਿਆਰੀਆਂ ਨਹੀਂ ਕੀਤੀਆਂ, ਅਸੀਂ ਲੋਕਾਂ ਨੂੰ ਦੱਸਿਆ ਨਹੀਂ ਵੀ ਇਹ ਮਹਾਮਾਰੀ ਆ ਗਈ ਆ, ਅਸੀਂ ਰੈਲੀਆਂ 'ਚ ਵਿਅਸਤ ਰਹੇ ਹਾਂ, ਅਸੀਂ ਸਰਕਾਰਾਂ ਡੇਗਣ 'ਚ ਵਿਅਸਤ ਰਹੇ ਹਾਂ, ਅਸੀਂ ਲੁਕਾਈ ਬਾਰੇ ਨਹੀਂ ਸੋਚਿਆ। ਉਸੇ ਤਰ੍ਹਾਂ ਵਿਦਿਆਰਥੀ ਵਰਗ ਬਾਰੇ ਵੀ ਬਿਲਕੁਲ ਨਹੀਂ ਸੋਚਿਆ ਗਿਆ ਕਿ ਉਹਨਾਂ ਦੀ ਪੜ੍ਹਾਈ 'ਤੇ ਕੀ ਅਸਰ ਪੈਣਾ, ਤਾਂ ਇਸ ਦੇ ਜਿਹੜੇ ਭਿਆਨਕ ਸਿੱਟੇ ਆ ਉਹ ਸਾਨੂੰ ਆਉਣ ਵਾਲੇ ਸਮੇਂ 'ਚ ਦੇਖਣੇ ਪੈਣਗੇ, ਜੋ ਵਿਦਿਆਰਥੀ ਦੇ ਜੀਵਨ 'ਤੇ ਪੈਣੇ ਆ, ਜੋ ਵਿਦਿਆਰਥੀ ਦੇ ਸਮਾਜਿਕ ਜੀਵਨ 'ਤੇ ਪੈਣੇ ਆ, ਜਾਂ ਜਦੋਂ ਉਹਨੇ ਅੱਗੇ ਨੌਕਰੀ ਲੈਣੀ ਆ। ਹੁਣ ਗ੍ਰੇਡ ਦੇ ਤੌਰ ਤੇ ਪਾਸ ਕਰ ਦਿੱਤਾ ਗਿਆ 10th ਦੇ ਜੋ ਬੱਚੇ ਸੀ, ਲੇਕਿਨ ਇੱਥੇ ਸਵਾਲ ਇਹ ਪੈਦਾ ਹੁੰਦਾ ਵੀ ਅੱਗੇ ਉਹ ਜੇ 10th ਦੇ ਬੇਸ ਤੇ ਕੋਈ ਜੋਬ ਅਪਲਾਈ ਕਰਦੇ ਆ ਤਾਂ ਉਹਨਾਂ ਦਾ ਕੀ ਕੀ ਮਾਇਨੇ ਰੱਖੇ ਜਾਣਗੇ ਉਹਨਾਂ ਦੇ ਗ੍ਰੇਡ ਦੇ? ਕੀ ਅਸੀਂ ਮਾਇਨੇ ਰੱਖਦੇ ਹਾਂ ਵੀ ਏ ਪਲੱਸ ਦਾ ਬੱਚਾ ਉਹ 90 ਤੋਂ 95 ਦੇ ਵਿੱਚ ਵਿੱਚ ਆ ਜਾਏ, 90 ਤੋਂ 100 ਦੇ, ਪਰ ਉਹ 90 ਤੋਂ 100 ਦੇ ਵਿੱਚ ਵਿੱਚ ਅਸੀਂ ਕਿੱਥੇ ਇਹ ਟਿੱਕ ਲਾਵਾਂਗੇ ਕਿ ਹਾਂ ਭਾਈ ਇਹਦੇ 92% ਆ, ਇਹਦੇ 93% ਆ, ਇਹਦੇ 94% ਆ, ਤਾਂ ਉਹਦੇ ਕੀ ਮਾਇਨੇ ਰੱਖੇ ਜਾਣਗੇ? ਤਾਂ ਇੱਥੇ ਮੈਨੂੰ ਬੱਚਿਆਂ ਦਾ ਜਿਸ ਹਿਸਾਬ ਦੀਆਂ ਸਾਡੀਆਂ ਸਰਕਾਰਾਂ ਨੇ, ਮੈਨੂੰ ਬੱਚਿਆਂ ਦਾ ਭਵਿੱਖ ਆ ਜਿਹੜਾ ਅਗੇਰਲਾ ਭਵਿੱਖ ਹੈ ਉਹ ਧੁੰਦਲਾ ਨਜ਼ਰ ਆ ਰਿਹਾ ਹੈ। ਜੇਕਰ ਆਵਾਜ਼ ਉਠਾਉਣ ਵਾਲੇ ਲੋਕਾਂ ਨੇ ਆਵਾਜ਼ ਨਾ ਉਠਾਈ ਤਾਂ ਇਹ ਹੋ ਸਕਦਾ ਕਿ ਭਿਆਨਕ ਸਿੱਟੇ ਸਾਨੂੰ ਅਗਲੇ ਸਮੇਂ 'ਚ ਵਿਦਿਆਰਥੀ ਵਰਗ ਲਈ ਦੇਖਣੇ ਪੈ ਸਕਦੇ ਆ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਹੇਠ ਇਸ ਸੰਘਰਸ਼ ਨੂੰ ਥੋੜਾ ਜਿਹਾ ਹੋਰ ਤੇਜ਼ ਕਰੋਗੇ। ਇਸ ਆਸ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਇਹ ਦਾਅਵਾ ਕਰਦੇ ਹਾਂ ਕਿ ਜਦੋਂ ਵੀ ਕੋਈ ਵਿਦਿਆਰਥੀਆਂ 'ਤੇ ਕੋਈ ਮੁਸ਼ਕਲ ਆਉਣ ਪਊਗੀ ਤਾਂ ਪੰਜਾਬ ਸਟੂਡੈਂਟ ਫੈਡਰੇਸ਼ਨ ਹਰ ਹਾਲ ਉਹਨਾਂ ਦੇ ਨਾਲ ਖੜੂਗੀ। ਧੰਨਵਾਦ।